ਅਸਤੁਆਮੁ ਅਲੈਕਮ ਅੱਜ ਜਿਹੜਾ ਆਪਾਂ ਕਿਸੇ ਨਾਲ ਡਿਸਕਸ ਕਰਾਂਗੇ ਉਹ ਹੈਗਾ ਹੀਰ ਤੇ ਰਾਂਝੇ ਦਾ ਕਿੱਸਾ ਇਹ ਵਾਰਿਸ ਸ਼ਾਹ ਨੇ ਲਿਖਿਆ ਹੈ ਸੀਐਸਐਸ 2016 ਤੇ 21 ਦੇ ਅੰਦਰ ਆ ਚੁੱਕਿਆ ਆਇਆ ਹੈ ਇਹ ਪੀਐਮਐਸ ਦੇ ਹਿਸਾਬ ਨਾਲ ਵੀ ਬੜਾ ਇੰਪੋਰਟੈਂਟ ਟੋਪਿਕ ਹੈ ਇਹਨੂੰ ਤੁਸੀਂ ਛੱਡਣਾ ਨਹੀਂ ਤੁਸੀਂ ਕਲਾਸਿਕਲ ਸ਼ਾਇਰੀ ਦੇ ਅੰਦਰ ਇਹਨੂੰ ਲਾਜ਼ਮੀ ਤਿਆਰ ਕਰਨਾ ਹੋ ਹੀਰ ਵਾਰਿਸ ਸ਼ਾਹ ਕੀ ਹੈ ਹੀਰ ਵਾਰਿਸ ਸ਼ਾਹ ਨੂੰ ਜਿਹੜਾ ਇਨਸਾਈਕਲੋਪੀਡੀਆ ਆਖਿਆ ਜਾਂਦਾ ਹੈ ਇਨਸਾਈਕਲੋ encyclopedia of punjab ਆਖਿਆ ਜਾਂਦਾ ਹੈ ਇਹ ਤੁਸੀਂ لازਮੀ ਇਹਨੂੰ ਯਾਦ ਰੱਖਣਾ ਵਾ encyclopaedia of punjab ਆਖਿਆ ਜਾਂਦਾ ਹੈ ਤੇ ਹੀਰワਰਸ਼ਾ ਇਹ ਕਿਦੋਂ ਲਿਖੀ ਗਈ ਹੈ ਇਹ 1767 ਦੇ ਅੰਦਰ ਲਿਖੀ ਆ 1700 1767 ਦੇ ਅੰਦਰ ਇਹਨੂੰ ਲਿਖਿਆ ਗਿਆ ਹੈ ਇਹਨੂੰ ਲਿਖਿਆ ਕਿਹੜੇ ਪੇਨ ਦੇ ਚ ਬੈ ਕੇ ਆワਰਸ਼ਾ ਨੇ ਇਹਨੂੰ ਲਿਖਿਆ ਹੈ ਮਲਕਾ ਹਾਂਸ ਖਰਲ ਪੇਨ ਦੇ ਅੰਦਰ ਮਲਕਾ ਹਾਂਸ ਖਰਲ ਪਿੰਡ ਦੇ ਅੰਦਰ ਤੇ ਵਾਰਿਸ਼ਾ ਉਥੇ ਕੀ ਸੀ ਵਾਰਿਸ਼ਾ ਉਥੇ ਜਿਹੜਾ ਹੈਗਾ ਵਾ ਪਿੰਡ ਦੀ ਜਿਹੜੀ ਮਸਜਿਦ ਆ ਪਿੰਡ ਦੀ ਮਸਜਿਦ ਦਾ ਇਮਾਮ ਸੀ ਯਾਨੀ ਪਿੰਡ ਦੀ ਮਸਜਿਦ ਦਾ ਇਮਾਮ ਸੀ ਮੁਹੰਮਦ ਖਰਾਂਦਾ ਸੀਗਾ ਤੇ ਨਾਲ ਉਹਨੇ ਖੀਰ ਲਿਖਦਾ ਗਿਆ ਤੇ ਵਾਰਿਸ਼ਾ ਨੇ ਆਪਣੀ ਜਿਹੜੀ ਹੈ ਇbtedਾਈ ਤਾਲੀਮ ਕਿੱਥੋਂ ਹਾਸਲ ਕੀਤੀ ਸੀਗੀ ਵਾਰਿਸ਼ਾ ਨੇ ਆਪਣੀ ਇbtedਾਈ ਤਾਲੀਮ ਹਾਸਲ ਕੀਤੀ ਸੀ ਬਾਬਾ ਜਿਹੜਾ ਬੁੱਲੇ ਸ਼ਾ ਸੀਗਾ ਬਾਬੇ ਬੁੱਲੇ ਸ਼ਾ ਦਾ ਜਿਹੜਾ ਸੀਗਾ ਉਸਤਾਦ ਉਹ ਦੇਖੋ ਲੋ ਬਾਬੇ ਬੁੱਲੇ شاہ ਦੇ ਉਸਤਾਦ ਕੋਲੋਂ ਉਹਦਾ ਨਾਮ ਸੀਗਾ ਜੀ ਮਖਦੂਮ ਮਰਤਜ਼ਾ ਕਸੂਰੀ ਮਖਦੂਮ ਮਰਤਜ਼ਾ ਕਸੂਰੀ ਮਖਦੂਮ ਮਰਤਜ਼ਾ ਕਸੂਰੀ ਆ ਥੋੜਾ ਜਿਹਾ ਹੀਰワਰ ਸ਼ਾਹ ਦਾ ਇੰਟਰੋਡਕਸ਼ਨ ਆ ਕਿワਰ ਸ਼ਾਹ ਨੇ ਇਹ ਹੀਰ ਜੜੀ ਲਿਖੀ ਆ ਉਹਨੂੰ ਐਨਸਾਈਕਲੋਪੀਡੀਆ ਪੰਜਾਬ ਆਖਦੇ ਨੇ 1768 ਚ ਲਿਖੀ ਆ ਮਲਕਾ ਹਾਂਸ ਖਰਲ ਦੇ ਪਿੰਡ ਤੇ ਬਹਿ ਕੇ ਲਿਖਿਆ ਉਥੇ ਮਾਮਲ ਕਰਦੇ ਸੀ ਤੇ ਨਾਲੇ ਹੀਰ ਲਿਖੀ ਆ ਹੀਰ ਇਹ ਤੋਂ ਪਹਿਲੇ ਵੀ ਲਿਖੀ ਹੋਈ ਸੀਗੀ ਜਿਵੇਂ ਕਿ ਹੀਰ ਜਿਹੜੀ ਆ ਅਹਿਮਦ ਗੁੱਜਰ ਨੇ ਲਿਖੀ ਹੋਈ ਸੀਗੀ ਇਹ ਤੋਂ ਨਾਲ ਹਾਫिज़ शाहजहान ਨੇ ਯਾਨੀ ਪਹਿਲੇ ਵੀ ਹੀਰ ਦਾ ਕਿੱਸਾ ਮੌਜੂਦ ਸੀਗਾ ਇਹ ਕਿੱਸਾ ਕੋਈ ਨਵਾਂ ਨਹੀਂ ਸੀਗਾ ਹਾਫिज़ शाहजहान ਨੇ ਇਹ ਲਿਖਿਆ ਆ ਸੀਗਾ ਠੀਕ ਆ ਹੀਰ ਵਾਰਿਸਾ ਦਾ ਜਿਹੜਾ ਖਲਾਸਾ ਕੀ ਆ ਉਹਨੂੰ ਆਪਾਂ ਇੱਕ ਦੋ ਲਫ਼ਜ਼ਾਂ ਦੇ ਅੰਦਰ ਇੱਕ ਦੋ ਲਾਈਨਾਂ ਦੇ ਅੰਦਰ ਸਮਝਦੇ ਆਂ ਸਭ ਨਾਲ ਪਹਿਲੇ ਜਿਹੜਾ ਵਾਰਿਸਾ ਲਿਖਦੇ ਨੇ ਉਹ ਲਿਖਦੇ ਨੇ ਇੱਕ ਸਰਗੋਦਾ ਦੇ ਅੰਦਰ ਸਰਗੋਦਾ ਦੇ ਅੰਦਰ ਇੱਕ ਕਾਰ ਸੀ ਉਸ ਕਾਰ ਦੇ ਅੰਦਰ ਜਿਹੜਾ ਹੈਗਾ ਵਾ ਸੱਤ ਭਰਾ ਤੇ ਉਹਦੀਆ ਪਰਜਾਈਆ ਸੀ ਤੇ ਜਿਹੜਾ ਅਠਵਾਂ ਹੈਗਾ ਸੀਗਾ ਉਹ ਦੀਦੂ ਸੀਗਾ ਉਹ ਦੀਦੂ ਸੀ ਉਹਦਾ ਨਾਮ ਰੱਖਿਆ ਗਿਆ ਜੀ ਜਾਂਜਾ ਨਾਲ ਇਹਨਾਂ ਦੀਆ ਦੋ ਜਿਹੜੀਆਂ ਭੈਣਾਂ ਵੀ ਸੀ ਕੀਕਾ ਜਦੋਂ ਇਹਨਾਂ ਦਾ ਬਫ ਹੋਤ ਹੋ ਜਾਂਦਾ ਵਾ ਤੇ ਜਿਹੜੀ ਇਹਦੀਆਂ ਸੱਤ ਦੀਆਂ ਸੱਤ ਪਰਜਾਈਆ ਵਾ ਇਹ ਰਾंजे ਨੂੰ ਦੀ ਦੂਨੋ ਇਹ ਤਨਗੀਦ ਕਰਨ ਲੱਗ ਜਾਂਦੀ ਆ ਵਾ ਕਿ ਤੂੰ ਨਕਮਾ ਵਾ ਨਕਾਰਾ ਵਾ ਕਿਉਂਕਿ ਰਾਂਝਾ ਜਿਹੜਾ ਸੀਗਾ ਇਹ ਆਂਡਾਲਾ ਮੁੰਡਾ ਸੀਗਾ ਤੇ ਇਹ ਇੰਤਹਾਹੀ ਤੌਰ ਤੇ ਨਕਾਰਾ ਸੀ ਕੋਈ ਕੰਮਕਾਰ ਨਹੀਂ ਕਰਦਾ ਸੀ ਰਾਂਝਾ ਵੀ ਉਹਨਾਂ ਦਾ ਮੁਕਾਬਲਾ ਕਰਦਾ ਰਹਿੰਦਾ ਵਾ ਤੇ ਅਖ ਕੇ ਇੱਕ ਦਿਨ ਘਾਰ ਘਰੋ ਛੱਡ ਕੇ ਇਹ ਚਲਾ ਜਾਂਦਾ ਵਾ ਜਦੋਂ ਘਰ ਛੱਡ ਕੇ ਚਲਾ ਜਾਂਦਾ ਵਾ ਤੇ ਇਹਦੇ ਜਿਹੜੇ ਭਰਾ ਵਾ ਉਹ ਪਿੰਡ ਆ ਲਿਆ ਦੇ ਤਾਂ ਮਿਆਂ ਤੋਂ ਡਰਦੇ ਮਾਰੇ ਭਾਂਜੇ ਨੂੰ ਵਾਪਸ ਬੁਲਾ ਕੇ ਲੈ ਆਉਂਦੇ ਆ ਲੇਕਿਨ ਦੁਬਾਰਾ ਰਾंजे ਦੀਆਂ ਜਿਹੜੀਆਂ ਪਰਜਾਈਆਂ ਵਾ ਤੇ ਰਾंजे ਦੀ ਲੜਾਈ ਫੇਰ ਆਉਣ ਲੱਗ ਜਾਂਦੀ ਆ ਤੇ ਉਹ ਕਹਿੰਦੀ ਆ ਵਾ ਜਾ ਐਡਾ ਤੂੰ ਹੈਗਾ ਵਾ ਅਹਲਤ ਜਾ ਕੇ ਚੰਗ ਚੋਂ ਹੀਰ ਵਿਆ ਲਿਆ ਹਾਂ ਸਾਨੂੰ ਜੋ ਤਾਨੇ ਦਿਨਾ ਵਾ ਤੇ ਉਹ ਤਵਾਰ ਰਾਂਝਾ ਸਾਹਿਬ ਰਾਂਝਾ ਫਿਰ ਘਰ ਛੱਡ ਕੇ ਚੰਗ ਵੱਲ ਤੁਰ ਪੈਂਦੇ ਆ ਚੰਗ ਦੇ ਅੰਦਰ ਹੀਰ ਨਹੀਂ ਹੁੰਦੀ ਆ ਜਿਹੜੀ ਕਿ ਬੜੀ ਮਸ਼ੀਗੁਰ ਹੁੰਦੀ ਆ ਜੇ ਦੀ ਹਸੰਦਾ ਚਰਚਾ ਹਰ ਜਗ੍ਹਾ ਮੌਜੂਦ ਹੁੰਦਾ ਰਾਂਝਾ ਸਾਹਿਬ ਜਾਣਦੇ ਆ ਤੇ ਰਸਤੇ 'ਚ ਜਿਹੜਾ ਦਰਿਆ ਹੁੰਦਾ ਵਾ ਦਰਿਆਏ ਚਨਾਬ ਦਰਿਆਏ ਚਨਾਬ ਜੀ ਇਹਨਾਂ ਨੇ ਪਾਰ ਕਰਨਾ ਹੁੰਦਾ ਵਾ ਇਹਨਾਂ ਦੀ ਜੇਬ 'ਚ ਹੁੰਦਾ ਤੇ ਕੁਛ ਵੀ ਨਹੀਂ ਤੇ ਇਹ ਉੱਥੇ ਜਾ ਜਿਹੜਾ ਕਸ਼ਤੀ ਚਲਾਣ ਵਾਲਾ ਹੁੰਦਾ ਵਾ ਕਸ਼ਤੀ ਚਲਾਣ ਵਾਲੇ ਨੂੰ ਕਹਿੰਦੇ ਆ ਕਿ ਮੈਂ ਤੈਨੂੰ ਬਾਂਸਰੀ ਵਜਾਉਂਦਾ ਵਾਂ ਠੀਕ ਆ ਤੇ ਤੂੰ ਮੈਨੂੰ ਪਾਰ ਲਵਾ ਦੇ ਉਹ ਕਸ਼ਤੀ ਚਲਾਣ ਵਾਲਾ ਨਹੀਂ ਮੰਨਦਾ ਤੇ ਰਾਂਝਾ ਜੀ ਤੋਂ ਆਪਣੀ ਬਾਂਸਰੀ ਵਜਾਉਣਾ ਸ਼ੁਰੂ ਕਰ ਦਿੰਦਾ ਵਾ ਤੇ ਕਸ਼ਤੀ ਵਾਲੀਆ ਉੱਥੇ ਜਿਹੜੀ ਔਰਤਾ ਵਾ ਰਾਣੀ ਹਲ ਮਾਇਲੋਂ ਆਂਦੀਆ ਵਾ ਤੇ ਡਰਦਾ ਮਾਰਾ ਫਿਰ ਰਾਂਝੇ ਨੂੰ ਦਰਿਆ ਪਾਰ ਕੱਸ਼ੀ ਦੇ ਉੱਤੇ ਲੈ ਜਾਂਦਾ ਵਾ ਇਸ ਤਰ੍ਹਾਂ ਰਾਂਝਾ ਦਰਿਆ ਪਾਰ ਕਰ ਲੈਂਦਾ ਵਾ ਅਗਲਾ ਜਿਹੜਾ ਰਾਂਝੇ ਦਾ ਮੰਜ਼ਲ ਸੀਗੀ ਉਹ ਆ ਗਈ ਇੱਕ ਬਾਗ ਰਾਜਾ ਇੱਕ ਬਾਗ ਦੇ ਅੰਦਰ ਚਲਾ ਜਾਂਦਾ ਵਾ ਉਹੀ ਹੀਰ ਦਾ ਉਹ ਬਾਗ ਹੁੰਦਾ ਵਾ ਤੇ ਰਾਜਾ ਉਥੇ ਇੱਕ ਬਿਸਤਰ ਲਗਾ ਹੁੰਦਾ ਵਾ ਉਥੇ ਜਾ ਕੇ ਸੋ ਜਾਂਦਾ ਵਾ ਹੀਰ ਜਦੋਂ ਆਂਦੀ ਆ ਤੇ ਹੀਰ ਤੇ ਰਾਜਾ ਦਾ ਆਪਸ ਚ ਮਿਲਾਪ ਹੁੰਦਾ ਵਾ ਤੇ ਦੋਨਾਂ ਨੂੰ ਇੱਕ ਦੂਸਰੇ ਦੇ ਨਾਲ ਮੁਹੱਬਤ ਹੋ ਜਾਂਦੀ ਆ ਇਹ ਮੁਹੱਬਤ ਹੋਣ ਤੋਂ ਬਾਅਦ ਹੀਰ ਉਹਨੂੰ ਆਖਦੀ ਏ ਕਿ ਤੂੰ ਮੱਝਾ ਵਾਲਾ ਬਣ ਕੇ ਸਾਡੇ ਘਰ ਆ ਜਾ ਤੇ ਸਾਡੀਆਂ ਮੱਝਾਂ ਚਰਾਇਆ ਕਰ ਤੇ ਨਾਲ ਇੱਧਾ ਆਪਣੀ ਧੋਨਾ ਦਾ ਇਸ਼ਕੀ ਦਾਸਤਾਨ ਵੀ ਅੱਗੇ ਵਾਦੀ ਲਊਗੀ ਰਾਂਝਾ ਇਸੀ ਗੱਲ ਨੂੰ ਮੰਨ ਜਾਂਦਾ ਵਾ ਆਪਣੇ ਘਰ ਜਾਂਦਾ ਵਾ ਹੀਰ ਹੀਰ ਆਪਣੇ ਜਿਹੜਾ ਪਿਓ ਆ ਚੂਚਕ ਉਹਨੂੰ ਸਮਝਾਉਂਦੀ ਆ ਕਿ ਆ ਜਿਹੜਾ ਮੁੰਡਾ ਵਾ ਇੰਤਿਹਾਈ ਕਾਰ ਆਮਦਾ ਠੀਕ ਆ ਇਹ ਆਪਣੀ ਮੱਜਾਂ ਨੂੰ ਸਹੀ ਚੜਾ ਲਿਆਇਆ ਕਰੂਗਾ ਹੀਰ ਦੀ ਮਾਂ ਮਲਕੀ ਵੀ ਰਾਜ਼ੀ ਹੋ ਜਾਂਦੀ ਆ ਤੇ ਇਦਾਂ ਰਾਂਝਾ ਜਦੋਂ ਮੱਜਾਂ ਲੈ ਕੇ ਜਾਂਦਾ ਵਾ ਤੇ ਪਿੱਛੇ ਹੀਰ ਚੱਲੇ ਜਾਂਦੀ ਆ ਦੋਨੇ ਇੱਕ ਦੂਸਰੇ ਨਾਲ ਬੈਠੇ ਗੱਲਾਂ ਕਰਦੇ ਰਹਿੰਦੇ ਆ ਕਹਿ ਦੋ ਇਹਨਾਂ ਨੂੰ ਇੱਕ ਦਿਨ ਦੇਖ ਲੈਂਦਾ ਵਾ ਕਿ ਜਦੋਂ ਦੋਨੇ ਇੱਕ ਦੂਸਰੇ ਦੇ ਨਾਲ ਪਿਆਰ ਦੀਆਂ ਗੱਲਾਂ ਕਰ ਰਹੇ ਹੁੰਦੇ ਆ ਕੈਦਾ ਕੈਦੋ ਘਰ ਜਾਂਦਾ ਵਾ ਘਰ ਜਾ ਕੇ ਦਾਲਦਾ ਵਾ ਕਿ ਹੀਰ ਤੇ ਜਿਹੜਾ ਰਾਂਝਾ ਹੈਗਾ ਵਾ ਦੀਦੋ ਹੈਗਾ ਵਾ ਇਹਨਾਂ ਦਾ ਆਪਸ ਵਿੱਚ ਤਲਕ ਹੈਗਾ ਵਾ ਲੇਕਿਨ ਜਿਹੜਾ ਉਹਦਾ ਹੈਗਾ ਵਾ ਹੀਰ ਦਾ ਜਿਹੜਾ ਅੱਬਾ ਵਾ ਚੂਚਕ ਉਹ ਮੰਨਦਾ ਨਹੀਂ ਕਿਉਂਕਿ ਹੀਰ ਉਹਨੂੰ ਪਾਗਲ ਡਿਕਲੇਅਰ ਕਰਵਾ ਦਿੰਦੀ ਆ ਕਿ ਇਹ ਬੇਵਕੂਫ ਹੈਗਾ ਵਾ ਤੇ ਇੱਕ ਦਿਨ ਉਹਦਾ ਅੱਬਾ ਉਹਨਾਂ ਨੂੰ ਖੁਦ ਦੇਖ ਲੈਂਦਾ ਵਾ ਤੇ ਉਹ ਉਸ ਤੋਂ ਬਾਅਦ ਰਾਂਝੇ ਨੂੰ ਘਰੋਂ ਕੱਢ ਦਿੰਦਾ ਵਾ ਤੇ ਉਸ ਤੋਂ ਬਾਅਦ ਹੀਰ ਦਾ ਵਿਆਹ ਰੱਖ ਲਿਆ ਜਾਂਦਾ ਵਾ ਹੀਰ ਦਾ ਵਿਆਹ ਰੱਖ ਕੇ ਹੀ ਹੀਰ ਨੂੰ ਜਿਹੜਾ ਅਗਲੇ ਪਿੰਡ ਤੋਰ ਦਿੱਤਾ ਜਾਂਦਾ ਵਾ ਯਾਨੀ ਸੀ ਸੇਹ ਦੇ ਜਿਹੜੇ ਦੇ ਘਰ ਉਹਨੂੰ ਹੀਰ ਨੂੰ ਕਲਾ ਦਿੱਤਾ ਜਾਂਦਾ ਵਾ ਤੇ ਹੀਰ ਉੱਥੇ ਆਪਣੀ ਜ਼ਿੰਦਗੀ ਦੀ ਖੁਸ਼ੀਆਂ ਮਨਾਉਣ ਤੋਂ ਇਨਕਾਰ ਕਰ ਦਿੰਦੀ ਏ ਉਹਨੂੰ ਆਪਣਾ ਜਿਹੜਾ ਵਾ ਹਸਬੰਡ ਮੰਨਣ ਤੋਂ ਇਨਕਾਰ ਕਰ ਦਿੰਦੀ ਏ ਤੇ ਜਿਹਦੀ ਵਜ੍ਹਾ ਤੋਂ ਉਹ ਬਿਮਾਰ ਰਹਿਣਾ ਸ਼ੁਰੂ ਹੋ ਜਾਂਦੀ ਏ ਉਤੋਂ ਦੂਸਰੀ ਪਾਸ ਹੋ ਜਿਹੜਾ ਰਾਂਝਾ ਸੀਗਾ ਰਾਂਝਾ ਚਲਾ ਜਾਂਦਾ ਈ ਜੇਲਮ ਜੇਲਮੋਂ ਜੇਲਮ ਦੇ ਅੰਦਰ ਜਿਹੜਾ ਜਾਂਦਾ ਵਾ ਜੇਲਮ ਦੇ ਅੰਦਰ ਉਹ ਜੋਗ ਲੈਂਦਾ ਵਾ ਜੋਗ ਲੈਣ ਤੋਂ ਬਾਅਦ ਉਹ ਉਹਨਾਂ ਦੇ ਪਿੰਡ ਜਾਂਦਾ ਵਾ ਤੇ ਉਥੋਂ ਹੀਰ ਨੂੰ ਸੱਪ ਲੜਨ ਦੇ ਬਹਾਨੇ ਉੱਥੇ ਆਣਾ ਜਾਣਾ ਸ਼ੁਰੂ ਕਰਦਾ ਵਾ ਤੇ ਉਥੋਂ ਹੀਰ ਨੂੰ ਕੱਢ ਕੇ ਲੈ ਜਾਂਦਾ ਵਾ ਉਸ ਤੋਂ ਬਾਅਦ ਜਿਹੜਾ ਉਹਦਾ ਪੇ ਹੀਰ ਦਾ ਜਿਹੜਾ ਅੱਬਾ ਵਾ ਉਹ ਦੁਬਾਰਾ ਰਾਂਝੇ ਕੋਲ ਆਂਦਾ ਵਾ ਤੇ ਕਹਿੰਦਾ ਸਾਡੀ ਇੱਜ਼ਤ ਜਿਹੜੀ ਹੈਗੀ ਆ ਇਹ ਹੀ ਆ ਕਿ ਤੂੰ ਹੀਰ ਨੂੰ ਵਿਆਹ ਕੇ ਲੈ ਕੇ ਜਾ ਰਾਂਝਾ ਇਸ ਗੱਲ ਤੇ ਰਾਜ਼ੀ ਹੋ ਜਾਂਦਾ ਹੀਰ ਨੂੰ ਆਪਸ ਤੇ ਦੇ ਦਿੰਦਾ ਵਾ ਹੀਰ ਵਾਲੇ ਦੇ ਘਰ ਆ ਲਿਆ ਨੂੰ ਤੇ ਦੋ ਦਿਨ ਬਾਅਦ ਹੀ ਹੀਰ ਦੀ ਖਬਰ ਆ ਜਾਂਦੀ ਹੈ ਕਿ ਇੱਕ ਨਾਈ ਦੇ ਹੱਥੋਂ ਕਿ ਹੀਰ ਮਰ ਗਈ ਹੈ ਉਨੇ ਜ਼ਹਿਰ ਖਾ ਲਿਆ ਉਹਨੂੰ ਉਹਦਾ ਅੱਬਾ ਤੇ ਉਹ ਜਿਹੜਾ ਕੈਦੋ ਹੈਗਾ ਵਾ ਜਿਹੜਾ ਉਹਦਾ ਖਾਲੂ ਹੁੰਦਾ ਹੀਰ ਦਾ ਉਹ ਉਹਨੂੰ ਜ਼ਹਿਰ ਦੇ ਦਿੰਦਾ ਆ ਸਾਰੀ ਇਹ ਸਟੋਰੀ ਹੈ ਹੀਰ ਵਾਰੇ ਸ਼ਾਦੀ ਇਹ ਤੁਹਾਨੂੰ ਮੈਂ ਸਟੋਰੀ ਤਾਂ ਦੱਸੀ ਆ ਜਦੋਂ ਆਪਾਂ ਇਹਨੂੰ ਮੁਕੰਮਲ ਡਿਸਕਸ ਕਰਾਂਗੇ ਤਾਂ ਤੁਸੀਂ ਕਨਫਿਊਜ਼ ਨਾ ਹੋ ਤੁਹਾਨੂੰ ਇਹ ਸਟੋਰੀ ਦਾ ਪਤਾ ਹੋਵੇ ਆਉ ਸਾਰੇ MCQ ਡਿਸਕਸ ਕਰਾਂਗੇ ਜਿਹੜੇ ਕਿ ਇੰਪੋਰਟੈਂਟ ਹੈਗੇ ਆ ਜਾਂ ਚੁੱਕੇ ਹੋਏਗਾ ਜਾਂ ਉਹਨਾਂ ਦੇ ਆਨੰਦਾਰ ਚਾਂਸ ਮੌਜੂਦ ਆ ਸਭ ਨਾਲ ਪਹਿਲੇ ਤੇ ਇਹ ਹੈਗਾ ਜੀ ਵਾਰਿਸ ਆ ਵਾਰਿਸ ਸ਼ਾਹ ਜਿਹੜਾ ਸੀਗਾ ਵਾਰਿਸ ਸ਼ਾਹ ਨੇ ਹੀਰ ਕਿਦੋਂ ਲਿਖੀ ਆ ਵਾਰਿਸ ਸ਼ਾਹ ਨੇ ਹੀਰ 1762 ਦੇ ਅੰਦਰ ਲਿਖੀ ਆ ਮਲਕਾ ਖਾਨਸ ਜਿਹੜਾ ਖਰਲ ਮਲਕਾ ਖਾਨਸ ਖਰਲ ਪਿੰਡ ਦੇ ਅੰਦਰ ਤੇ ਉਹ ਮਸਜਿਦ ਜਿੱਦੇ ਅੰਦਰ ਉਹ ਸਮਾਜ ਦੇ ਅੰਦਰ ਇਮਾਮਤ ਕਰਦੇ ਸੀ ਤੇ ਨਾਲ ਉਹਨਾਂ ਨੇ ਹੀਰ ਲਿਖੀ ਆ ਆ ਪੁਆਇੰਟ ਤੁਸੀਂ ਯਾਦ ਰੱਖਣਾ ਵਾ ਉਸ ਤੋਂ ਬਾਅਦ ਜਿਹੜਾ ਅਗਲਾ ਪੁਆਇੰਟ ਹੈਗਾ ਵਾ ਉਹ ਹੈਗਾ ਵਾ ਜਿਹੜਾ ਰਾਂਝਾ ਸੀਗਾ ਰਾਂਝੇ ਦਾ ਅਸਲ ਨਾਮ रांजे ਦਾ ਅਸਲ ਨਾਮ ਜਿਹੜਾ ਸੀਗਾ ਉਹ ਦੀਦੂ ਸੀਗਾ ਤੇ ਉਹਦੇ ਕਿੰਨੇ ਭਰਾ ਸੀ ਸੱਤ ਭਰਾ ਸੀ ਤੇ ਸਾਤੀ ਪਰਜਾਈਆ ਸੀ ਤੇ ਦੋ ਭੈਣਾ ਸੀਗੀ ਆ ਠੀਕ ਆ ਉਤ ਤੋਂ ਬਾਅਦ ਜਿਹੜਾ ਕਾਜ਼ੀ ਸੀਗਾ ਕਾਜ਼ੀ ਨੇ ਕੀ ਕੀਤਾ ਸੀਗਾ ਰਾਂਝੇ ਦੀ ਜਿਹੜੀ ਜ਼ਮੀਨ ਸੀਗੀ ਉਹਨੂੰ ਖਰਾਬ ਬੰਜਰ ਜ਼ਮੀਨ ਦੇ ਦਿੱਤੀ ਤੇ ਜਿਹੜੀ ਸਹੀ ਜ਼ਮੀਨ ਸੀ ਵਿਸ਼ਵ ਦੇ ਕੇ ਉਹਦੇ ਭਰਾਵਾਂ ਨੇ ਆਪਣੇ ਨਾਮ ਕਰਵਾ ਲਈ ਸੀ ਇਹ ਜਿਹੜਾ ਰਿਆਸੀ ਸੀਗਾ ਇਹ ਹੈਗਾ ਸੀ ਸਰਗੋਦਾ ਦਾ ਸਰਗੋਦਾ ਦਾ ਇਹ ਰਿਆਸੀ ਸੀਗਾ ਤੇ ਇਹ ਜੋਗ ਲੈਣ ਲਈ ਜੇਲਮ ਦੇ ਅੰਦਰ ਗਿਆ ਸੀ ਜੋਕ ਲੈਣ ਲਈ ਕਿੱਥੇ ਗਿਆ ਸੀ ਜੇਲਮਚ ਆ ਦੂਸਰਾ ਵੀ ਇੰਪੋਰਟੈਂਟ ਪੁਆਇੰਟ ਤੁਸੀਂ ਯਾਦ ਰੱਖਣਾ ਵਾ ਤੇ ਤੀਸਰਾ ਜਿਹੜਾ ਇੰਪੋਰਟੈਂਟ ਪੁਆਇੰਟ ਆ ਹੀਰ ਦਾ ਹੀਰ ਦਾ ਜਿਹੜਾ ਪਿਓ ਸੀਗਾ ਹੀਰ ਦੇ ਪਿਓ ਦਾ ਨਾਮ ਜਿਹੜਾ ਚੂਚਕ ਸੀਗਾ ਤੇ ਹੀਰ ਦੀ ਜਿਹੜੀ ਮਾਂ ਵਾ ਮਾਂ ਦਾ ਨਾਮ ਜਿਹੜਾ ਸੀਗਾ ਮਲਕੀ ਸੀਗਾ ਤੇ ਹੀਰ ਦਾ ਜਿਹੜਾ ਭਰਾ ਸੀਗਾ ਭਰਾ ਦਾ ਨਾਮ ਸੁਲਤਾਨ ਸੀਗਾ ਤੇ ਹੀਰ ਦਾ ਜਿਹੜਾ ਖਾਲੂ ਸੀਗਾ ਉਹਦਾ ਨਾਮ ਸੀ ਕੈਦੋ ਚੌਧਰੀ ਕੈਦੋ ਉਹ ਤਵਾਰ ਰਹਿ ਗਈ ਇਹਨਾਂ ਦਾ ਜਿਹੜਾ ਇਲਾਕਾ ਸੀਗਾ ਉਹ ਕਿਹੜਾ ਸੀਗਾ ਇਹਨਾਂ ਦਾ ਇਲਾਕਾ ਸੀ ਚੰਗ ਚੰਗ ਤੋਂ ਬਾਅਦ ਹੀਰ ਦਾ ਵਿਆਹ ਹੋ ਕੇ ਸੈਜਦੇ ਖੇੜੇ ਦੇ ਘਰ ਗਈ ਆ ਠੀਕ ਹੈ ਇਹਦਾ ਵਿਆਹ ਜਿਹੜਾ ਹੋਇਆ ਵਾ ਇਹਦਾ ਕਿਹੜਾ ਸੈਜਦਾ ਖੇੜਾ ਕਿੱਥੇ ਦਾ ਸੀਗਾ ਰੰਗਪੂਰ ਦਾ ਸੈਜਦੇ ਖੇੜੇ ਦਾ ਇਲਾਕਾ ਕਿਹੜਾ ਸੀਗਾ ਰੰਗਪੂਰ ਦਾ ਸੀਗਾ ਤੇ ਇਹ ਤੋਂ ਬਾਅਦ ਇਹਨੂੰ ਆਖਿਆ ਕੀ ਜਾਂਦਾ ਵਾ ਇਹਨੂੰ ਆਖਿਆ ਜਾਂਦਾ ਵਾ ਐਨਸਾਈਕਲੋਪੀਡੀਆ ਆਫ ਪੰਜਾਬ ਆ ਸਾਰੇ ਉਹ ਇੰਪੋਰਟੈਂਟ ਐਮਸੀਕਿਊਜ਼ ਆ ਜਿਹੜੇ ਕਿ ਆ ਸਕਦੇ ਆ ਇਹਨੂੰ ਤੁਸੀਂ ਇੱਕ ਨਜ਼ਰ ਲਾਜ਼ਮੀ ਤਿਆਰ ਕਰ ਲਓ ਤੁਹਾਡਾ ਇਹ ਤੋਂ ਸਵਾਲ ਵੀ ਸਟਰੋਂਗ ਹੋ ਜਾਊਗਾ ਤਿਆਰ ਕਰਾਂਗੇ ਕਿ ਹੀਰਵਾਰਿਸ਼ਾਂ ਨੂੰ ਇਨਸਾਈਕਲੋਪੀਡੀਆ ਪੰਜਾਬ ਕਿ ਆਖਿਆ ਜਾਂਦਾ ਹੈ ਇਹਦੀ ਡਿਟੇਲ ਜਾਣਾਂਗੇ ਹੀਰਵਾਰਿਸ਼ਾ ਦੀ ਡਿਟੇਲ ਤੁਸੀਂ ਇਹਨੂੰ ਨਾਲ-ਨਾਲ ਯਾਦ ਕਰਦੇ ਜਾਣਾ ਵਾ ਇਹਨੂੰ ਇਨਸਾਈਕਲੋਪੀਡੀਆ ਪੰਜਾਬ ਕਿਉਂ ਆਖਿਆ ਜਾਂਦਾ ਹੈ ਪਹਿਲੇ ਤੇ ਇਹਦੀ ਆ ਵਜਾ ਵਾ ਠੀਕ ਆ ਇਹਦੇ ਅੰਦਰ ਆਪਾਂ ਇੱਕ ਜਿਹੜਾ ਹੈਗਾ ਵਾ ਮੁਫੱਕਰ ਉਹਦੀ رائے ਨੂੰ ਕੋਟ ਕਰਾਂਗੇ ਇੱਕ ਰਾਈਟਰ ਦੀ رائے ਨੂੰ ਕੋਟ ਕਰਾਂਗੇ ਉਹ ਰਾਈਟਰ ਦਾ ਨਾਮ ਜਿਹੜਾ ਹੈਗਾ ਹੁਸੈਨ ਸ਼ਾਹਦ ਹੁਸੈਨ شاہ ਨੇ ਕਿਹਾ ਵਾ ਕਿ ਜਿਹੜੀ ਹੀਰ ਵਾਰਿਸ ਸ਼ਾਹ ਦੀ ਹੀਰ ਆ ਹੁਸੈਨ شاہ ਆ ਤੁਸੀਂ ਇਹਦਾ ਕੋਟ ਕਰਨਾ ਵਾ ਇਹਨੇ ਕਿਹਾ ਜਿਹੜੀ ਵਾਰਿਸ ਸ਼ਾਹ ਦੀ ਹੀਰ ਆ ਉਹ ኢንਸਾਈਕਲੋਪੀਡੀਆ ਆ ਪੰਜਾਬ ਕਿਉਂ ਆ ਕਿ ਅੱਲਾ ਨਾ ਕਰੇ ਯਾਨੀ ਰੱਬ ਨਾ ਕਰੇ ਅਗਰ ਕਦੀ ਪੰਜਾਬ ਜਿਹੜਾ ਹੈਗਾ ਵਾ ਉਹ ਆਪਣੀ ਸਕਾਫਤ ਗਵਾ ਲਵੇ ਪੰਜਾਬ ਆਪਣਾ ਰੰਗ ਜਿਹੜਾ ਵਾ ਬਦਲ ਲਵੇ ਤੇ ਹੀਰ ਵਾਰਿਸ ਆ ਜਿਹੜੀ ਆ ਉਹ ਆਪਣੇ ਕੋਲ ਇੱਕ encyclopaedia ਵਾ ਯਾਨੀ ਉਹ ਆਪਣੇ ਕੋ ਪੰਜਾਬ ਦੀ ਨਮਾਇੰਦਗੀ ਕਰਦੀ ਆ ਕਿ ਖੁਦਾ ਨਾ ਖਾਸ ਤਾਂ ਅਗਰ ਪੰਜਾਬ ਦਾ ਰੰਗ ਬਦਲ ਗਿਆ ਰੂਪ ਬਦਲ ਗਿਆ ਇਹਨੇ ਆਪਣੀ ਸ਼ਕਲ ਗਵਾ ਲਈ ਤਹੀਰ ਆਪਣੇ ਕੋਲ ਮੌਜੂਦ ਰਹੀ ਇਹਦਾ ਮਤਲਬ ਆ ਆਪਣੇ ਕੋ ਪੰਜਾਬ ਦੀ ਜਿਹੜੀ ਸੱਭਿਆਚਾਰ ਉਹ ਮਹਿਫੂਜ਼ ਰਹੂਗੀ ਯਾਨੀ ਇਹਦਾ ਟੋਟਲ ਖਲਾਸਾ ਹੈ ਕਿ ਇਹਨੇ ਕਿਹਾ ਵਾ ਹੀ ਜਿਹੜਾ ਵਾਰਿਸ ਆ ਵਾ ਉਹ ਪੰਜਾਬ ਦੀ ਸੱਭਿਆਚਾਰ ਦੀ ਨਮਾਇੰਦਗੀ ਕਰਦਾ ਵਾ ਕਿ ਪੰਜਾਬ ਦੇ ਅੰਦਰ ਰਹਿਣ ਸਹਿਣ ਉੱਠਣ ਬੈਠਣ ਤੇ ਲੋਕਾਂ ਦਾ ਮਿਲਣ ਜੁਲਣ ਜੋ ਜਿਹੜੇ ਵਾਕਿਆਤ ਆ ਉਹ ਹੀਰ ਦੇ ਅੰਦਰ ਵੀ ਮੌਜੂਦ ਆ ਆ ਤੁਸੀਂ ਕੋਟੇਸ਼ਨ ਜਿਹੜੀ ਹੁੰਦੀ ਆ ਕੋਟ ਕਰਨੀਆਂ ਉਹ ਤਵਾਰ ਜਿਹੜਾ ਹੈਗਾ ਹੀਰ ਵਾਰਿਸ ਸ਼ਾਹ ਦਾ ਕਿੱਸਾ ਕਿਉਂ ਲਿਖਿਆ ਗਿਆ ਆ ਤੁਸੀਂ ਲਿਖਣਾ ਵਾ ਯਾਨੀ ਕਿੱਸਾ ਕਿਉਂ ਲਿਖਿਆ ਕਿੱਸਾ ਤਾਂ ਪਹਿਲੇ ਵੀ ਮੌਜੂਦ ਸੀਗਾ ਕਿੱਸਾ ਕਿਉਂ ਲਿਖਿਆ ਜਾਂ ਇਹ ਨਵਾਂ ਕਿੱਸਾ ਹੀ ਕਿਉਂ ਲਿਖਿਆ ਇਹਦੇ ਮੁਤਲਕ ਵਾਰਿਸ ਸ਼ਾਹ ਖੁਦ ਹੀ ਆਖਦੇ ਨੇ ਮੈਂ ਕਿੱਸਾ ਕਿਉਂ ਲਿਖਿਆ ਵਾਰਿਸ ਸ਼ਾਹ ਆਖਦੇ ਨੇ ਯਾਰਾ ਸਾਨੂੰ ਆਂ ਸਵਾਲ ਕੀਤਾ ਯਾਰਾ ਯਾਰਾ ਸਾਨੂੰ ਵਾਰਿਸ ਆ ਕਹਿੰਦਾ ਜਿਹੜੇ ਮੇਰੇ ਯਾਰ ਆ ਉਹਨਾਂ ਨੇ ਸਾਨੂੰ ਆ ਕੇ ਸਵਾਲ ਕੀਤਾ ਯਾਰਾ ਸਾਨੂੰ ਆਨ ਸਵਾਲ ਕੀਤਾ ਦੇਖੋ ਤੁਸੀਂ ਇਹਨੂੰ ਆਸਾਦਾ ਜ਼ਬਾਨ ਚ ਯਾਦ ਰੱਖ ਲੈਣਾ ਤੁਹਾਨੂੰ ਇਹ ਯਾਦ ਹੁੰਦਾ ਜਾਏਗਾ ਇਸ਼ਕ ਹੀਰ ਦਾ ਨਵਾਂ ਬਣਾਈਏ ਜੀ ਜਿੱਦਾਂ ਯਾਰ ਆਇਆ ਉਹ ਦੇਖੋ ਉਹਨੇ ਆ ਕੇ ਸਵਾਲ ਕੀਤਾ ਜਿਹੜਾ ਹੀਰ ਦਾ ਇਸ਼ਕ ਪਹਿਲੇ ਵੀ ਲਿਖਿਆ ਜਾ ਚੁੱਕਿਆ 3-4 ਲੋਕਾਂ ਨੇ ਉਹਨੂੰ ਹੁਣ ਆਪਾਂ ਕੀ ਕਰਨਾ ਵਾ ਇਸ਼ਕ ਹੀਰ ਦਾ ਨਵਾਂ ਬਣਾਈਏ ਜੀ ਨਵਾਂ ਬਣਾਈਏ ਜੀ ਯਾਨੀ ਆਪਾਂ ਉਹਦਾ ਹੀ ਇੱਕਲਾ ਜਿਹੜਾ ਕਿੱਸਾ ਵਾ ਉਹਨੂੰ ਦੁਬਾਰਾ ਨਵਾਂ ਬਣਾਈਏ ਨਵਾਂ ਕਰੀਏ ਇਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ ਜਿਹੜੀ ਪ੍ਰੇਮ ਦੀ ਇੱਕ ਝੋਕ ਸੀਗੀ ਪ੍ਰੇਮ ਤੇ ਜਿਹੜੀ ਇੱਕ ਦਾਸਤਾਨ ਸੀਗੀ ਉਹਨੂੰ ਆਪਾਂ ਦੁਬਾਰਾ ਲਿਖਣਾ ਵਾ ਇਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ ਝੋਕ ਦਾ ਸਭ ਕਿੱਸਾ ਜੇ ਸੋਰੀ ਜੇ ਜੇ ਯਾਨੀ ਜ਼ੁਬਾਨ ਜਿਹੜੀ ਆ ਸੋਹਣੀ ਨਾਲ ਸੁਣਾਈਏ ਜੀ ਹੋਰ ਇਤੋਂ ਵੀ ਅੱਛੀ ਜ਼ੁਬਾਨ ਨਾਲ ਲਿਖੀਏ تاکہ پڑھن ਨਾਲ ਇਹਨੂੰ ਹੋਰ ਸਕੂਨ ਆ ਜਾਵੇ ਹੋਰ ਮਜ਼ਾ ਆਵੇ ਇਸੇ ਵਜ੍ਹਾ ਤੋਂ ਵਾਰਿਸ ਸ਼ਾਹ ਦਾ ਜਿਹੜਾ ਹੀਰਾ ਉਹ ਇੰਤਹਾਹੀ ਮਸ਼ਹੂਰ ਆ ਕਿ ਹਰ ਇੱਕ ਨੂੰ ਇਹਦੇ ਬਾਰੇ ਚ ਪਤਾ ਵਾ ਯਾਰਾ ਸਾਨੂੰ ਆਨ ਸਵਾਲ ਕੀਤਾ عشق ਹੀਰ ਦਾ ਨਵਾਂ ਬਣਾਈਏ ਜੀ ਇਸ ਪ੍ਰੇਮ ਦੀ ਝੋਖ ਦਾ ਸਭ ਕਿੱਸਾ ਜੇ ਸੋਨੀ ਨਾਲ ਸੁਣਾਈਏ ਜੀ ਯਾਨੀ ਮਿੱਠੀ ਤੇ ਸੋਨੀ ਜ਼ੁਬਾਨ ਦੇ ਨਾਲ ਸੁਣਾਈਏ ਤਾਂ ਕਿ ਇਹ ਦੁਬਾਰਾ ਕਿੱਸਾ जिंदा ਹੋ ਜਾਵੇ ਯਾਰਾ ਨੇ ਉਹਨੂੰ ਸਵਾਲ ਕੀਤਾ ਤਾਂ ਦੋ ਵਾਰਿਸ਼ਾ ਨੇ ਇਹ ਕਿੱਸਾ ਲਿਖਿਆ ਹੁਣ ਆਪਾਂ ਇਹਦੇ ਚ ਲਿਖਾਂਗੇ ਕਿ ਕਿ ਕਿੱਸਾ ਹੀਰ ਵਾਰਿਸ਼ਾ ਜਿਹੜਾ ਹੈਗਾ ਉਹਦੇ ਚ ਹਮਦਬਾਰੀ ਤਾਰਾ ਵੀ ਮੌਜੂਦ ਆ ਹਮਦਬਾਰੀ ਤਾਲਾ ਅੱਲਾਹ ਤਾਲਾ ਦੀ ਉਹਨੇ ਹਮਦ ਵੀ ਬਿਆਨ ਕੀਤੀ ਆ ਇਹ ਵੀ ਤੁਸੀਂ ਇਹਦੇ ਅੰਦਰ ਲਿਖਣਾ ਵਾ ਵਾਰਿਸ਼ਾ ਲਿਖਦੇ ਨੇ ਅਵਲ ਹਮਦ ਖੁਦਾ ਦਾ ਵਿਰਤ ਕੀ ਜੀਏ ਅਵਲ ਹਮਦ ਯਾਨੀ ਸਭ ਤੋਂ ਪਹਿਲੇ ਕੀ ਕਹਿੰਦਾ ਵਾ ਹਮਦ ਕਰੋ ਹਮਦ ਖੁਦਾ ਦਾ ਵਿਰਤ ਕੀ ਜੀਏ ਅਵਲ ਹਮਦ ਖੁਦਾ ਦਾ ਵਿਰਤ ਕੀ ਜੀਏ ਇਸ਼ਕ ਕੀਤਾ ਸੋ ਜਗ ਦਾ ਮੌਲ ਮੀਆਂ ਇਸ਼ਕ ਜਿਹੜਾ ਵਾ ਇਸ਼ਕ ਕੀਤਾ ਸੋ ਜਗ ਦਾ ਮੋਲ ਮੀਆਂ ਇਸ਼ਕ ਕੀਤਾ ਸੋ ਜਗ ਦਾ ਮੋਲ ਮੀਆਂ ਯਾਨੀ ਸਭ ਨਾ ਪਹਿਲੇ ਅੱਲਾਹ ਤਾਲਾ ਦੀ ਹੀ ਹਮਦ ਕਰੋ ਜਿਨੇ ਇਸ਼ਕ ਦਾ ਜਿਹੜਾ ਇਸ਼ਕ ਨੂੰ ਕੀਤਾ ਜਗ ਦੇ ਉੱਤੇ ਮੋਲ ਕਰ ਦਿੱਤਾ ਵਾ ਠੀਕ ਹੈ ਜਗ ਦਾ ਮੋਲ ਮੀਆਂ ਪਹਿਲੋ ਆਪ ਹੀ ਰੱਬ ਨੇ ਇਸ਼ਕ ਕੀਤਾ ਪਹਿਲੋ ਪਹਿਲੋ ਜਿਹੜਾ ਰੱਬ ਨੇ ਆ ਪਹਿਲੋ ਆਪ ਹੀ ਰੱਬ ਨੇ ਇਸ਼ਕ ਕੀਤਾ ਪਹਿਲੋ ਆਪ ਹੀ ਰੱਬ ਨੇ ਇਸ਼ਕ ਕੀਤਾ ਮਸ਼ੂਕ ਹੈ ਨਬੀ ਰਸੂਲ ਮੀਆਂ ਮਸ਼ੂਕ ਹੈ ਨਬੀ ਰਸੂਲ ਮੀਆਂ ਨਬੀ ਰਸੂਲ ਮੀਆਂ ਇਹ ਤੁਸੀਂ ਉਸ ਹਦੀਸ ਦੇ ਇਹਨੂੰ ਵੀ ਕੋਟ ਕਰ ਸਕਦੇ ਹੋ ਕਿ ਅਗਰ ਮੈਂ ਆਪਣੇ ਨਬੀ ਨੂੰ ਨਾ ਬਣਾਦਾ ਤਾਂ ਮੈਂ ਕੁਝ ਵੀ ਨਾ ਬਣਾਦਾ ਇਹ ਚਹੀ ਵਾਰਿਸ਼ਾ ਨੇ ਦੱਸਿਆ ਅਵਲ ਹਮਦ ਖਦਾ ਦਾ ਵਿਰਦ ਕੀ ਜੀਏ ਇਸ਼ਕ ਕੀਤਾ ਸੋ ਜਗ ਦਾ ਮੌਲਵੀਆਂ ਪਹਿਲੋ ਆਪ ਹੀ ਰੱਬ ਨੇ ਇਸ਼ਕ ਕੀਤਾ ਮਸ਼ੂਕਾ ਨਬੀ ਰਸੂਲ ਮੀਆਂ ਹੁਣ ਆ ਕਿ ਆਪਾਂ ਵਾਰਸ਼ਾ ਦੀ ਉਹ ਜਿਹੜੀ ਉਹ ਨਬੀ ਪਾਕ ਦੀ ਜਿਹੜੀ ਆ ਨਬੀ ਪਾਕ ਦੇ ਉੱਤੇ ਨਾਤ ਲਿਖੀ ਆ ਉਹਨੂੰ ਡਿਸਕਸ ਕਰਦੇ ਆ ਜਿਹੜੀ ਨਾਤ ਰਸੂਲ ਮਕਬੂਲ ਵਾਰਸ਼ਾ ਨੇ ਉਹ ਵੀ ਲਿਖੀ ਹੋਈ ਆ ਵਾਰਸ਼ਾ ਖ ਨੇ ਕਿ ਜਿਹੜਾ ਦੂਈ ਨਾਤ ਰਸੂਲ ਮਕਬੂਲ ਦੂਈ ਨਾਤ ਦੂਜੀ ਜਿਹੜੀ ਨਾਤ ਆ ਵਾਰਸ਼ਾ ਲਿਖਦੇ ਆ ਕਿ ਹੋ ਰਸੂਲ ਮਕਬੂਲ ਵਾਲੀ ਦੂਈ ਨਾਤ ਰਸੂਲ ਮਕਬੂਲ ਵਾਲੀ ਜਿਹਦੇ ਹੱਕ ਤੇ ਨਾਦ ਲੁਲਾ ਕੀਤਾ ਜਿਹਦੇ ਹੱਕ ਦੇ ਜਿਹਦੇ ਹਾਕ ਨਜ਼ੂਲ ਲੁਲਾਕ ਕੀਤਾ ਯਾਨੀ ਨਬੀ پاک ਦੀ ਤਾਰੀਫ ਕਰਦੇ ਹੋਏ ਕਹਿੰਦੇ ਆ ਕਿ ਦੂਸਰੀ ਜਿਹੜੀ ਨਾਤ ਆ ਉਹ ਨਬੀ پاک ਦੀ ਸ਼ਾਨ ਦੇ ਅੰਦਰ ਆ ਜਿਹਦੇ ਉੱਤੇ ਅੱਲਾਹ ਤਾਲਾ ਨੇ ਕੁਰਾਨ ਪਾਕ ਨਜ਼ਾ ਜਿਹੜਾ ਲੁਲਾਕ ਸੀਗਾ ਹਾਕ ਨਜ਼ੂਲ ਲੁਲਾਕ ਕੀਤਾ ਜਿਹੜਾ ਕੁਰਾਨ ਪਾਕ ਸੀ ਉਹ ਨਾਦਰ ਕੀਤਾ ਇਸ ਰਾਜੇ ਤੋਂ ਤੁਸੀਂ ਹੀ ਵਾਰਿਸ਼ ਆ ਲਿਖੋਗੇ ਪਹਿਲੇ ਉਸ ਚੀਨ ਸਾਈਕਲੋਪੀਡੀਆ ਪੰਜਾਬ ਦੀ ਹੈਡਿੰਗ ਦੋਗੇ ਫਿਰ ਇਹ ਕਿੱਸਾ ਕਿਉਂ ਲਿਖਿਆ ਫਿਰ ਹਮਦ ਵਾਰੀ ਤਾਲਾ ਤੇ ਫਿਰ ਨਾਤੇ ਰਸੂਲੇ ਮਕਬੂਲ ਤੇ ਤੋਂ ਬਾਅਦ ਜਿਹੜੀ ਹੈਡਿੰਗ ਆਉਗੀਆ ਉਹਨੂੰ ਹੁਣ ਆਪਾਂ ਡਿਸਕਸ ਕਰਦੇ ਆਂ ਕਪਾ ਕਰਾਂਗੇ ਜੀ ਹੀਰ ਵਾਲਾ ਸ਼ਾ ਪੰਜਾਬ ਦੀ ਜਿਹੜੀ ਸਕਾਫਤ ਆ ਉਹਦੀ ਨੁਮਾਇੰਦਗੀ ਕਿੱਦਾਂ ਕਰਦੀ ਆ ਪੰਜਾਬ ਦੀ ਸਕਾਫਤ ਦੀ ਨੁਮਾਇੰਦਗੀ ਕਿੱਦਾਂ ਕਰਦੇ ਆ ਕਿੱਦਾਂ ਕਰਦੀ ਆ ਇਹ ਆਪਾਂ ਹੁਣ ਡਿਸਕਸ ਕਰਾਂਗੇ ਲੋ ਜੀ ਪੰਜਾਬ ਦੀ ਸਕਾਫਤ ਦੀ ਨੁਮਾਇੰਦਗੀ ਦੇ ਅੰਦਰ ਹੀਰ ਵਾਲਾ ਸ਼ਾ ਨੇ ਪੰਜਾਬ ਦੇ ਅੰਦਰ ਕੁਝ ਨਕਸ਼ਾ ਖਿੱਚਿਆ ਆਇਆ ਵਾ ਜਿਹੜੇ ਵਾਕਿਆਤ ਹੁੰਦੇ ਆ ਪਹਿਲਾ ਦੇਖੋ ਜੀ ਚਿੜੀ ਚੌਕ ਦੀ ਚਿੜੀ ਜਿਹੜੀ ਆ ਚਿੜੀ ਚੋਕਦੀ ਯਾਨੀ ਜਿਹੜੀ ਚਿੜੀ ਦੀ ਆਵਾਜ਼ ਆ ਉਹਨੂੰ ਇਹਨੇ ਕਿਹਾ ਵਾ ਚੋਕਦੀ ਸੁਬਾ ਸੁਬਾ ਜਦੋਂ ਚਿੜੀ ਚੋਕਦੀ ਆ ਉਤ ਤੋਂ ਬਾਅਦ ਹੁੰਦਾ ਕੀ ਆ ਨਾਲ ਜਾਨ ਲੜੇ ਪੈਂਦੀ ਨਾਲ ਜਾਨ ਜਿਹੜੀ ਆ ਲੜੇ ਪੈਂਦੀ ਚਿੜੀ ਚੋਕਦੀ ਨਾਲ ਜਾਨ ਲੜੇ ਪੈਂਦੀ ਯਾਨੀ ਇਹਨੂੰ ਤੁਸੀਂ ਇਦਾਂ ਯਾਦ ਰੱਖੋ ਕਿ ਸੁਬਾ ਸੁਬਾ ਜਦੋਂ ਚਿੜੀ ਚੋਕਦੀ ਆ ਕੇ ਉਤ ਤੋਂ ਬਾਅਦ ਕੀ ਆ ਬੰਦਾ ਉੱਠ ਖੜਾ ਹੁੰਦਾ ਵਾ ਕਿਉਂਕਿ ਜਿਹੜਾ ਰਾਤ ਨੂੰ ਸੌਂਦਾ ਇਦਾਂ ਹੀ ਹੁੰਦਾ ਜਿਵੇਂ ਮਰਿਆ ਆਇਆ ਵਾ ਦੀ ਦੋ ਚਿੜੀ ਆ ਕੇ ਚੋਕਦੀ ਆ ਸੁਬਾਹ ਸੁਬਾਹ ਹੁੰਦੀ ਆ ਤੇ ਨਾਲ ਜਾਨ ਲੜੇ ਆ ਕੇ ਇਸ ਆਮ ਦੇ ਅੰਦਰ ਪੈ ਜਾਂਦੀ ਆ ਪਟੀਆਂ ਦੁੱਧ ਦੇ ਵਿੱਚ ਮਧਾਨੀਆਂ ਐ ਤੇ ਸੁਬਾਹ ਸੁਬਾਹ ਉਹ ਤੋਂ ਬਾਅਦ ਕੀ ਹੁੰਦਾ ਵਾ ਦੁੱਧ ਦੇ ਵਿੱਚ ਮਧਾਨੀਆਂ ਪਾਟ ਦਿੱਤੀਆਂ ਜਾਂਦੀਆਂ ਲੱਸੀਆਂ ਬਣਾਈਆਂ ਜਾਂਦੀਆਂ ਵਾ ਪਟੀਆਂ ਦੁੱਧ ਦੇ ਵਿੱਚ ਮਧਾਨੀਆਂ ਐ ਪਟੀਆਂ ਦੁੱਧ ਦੇ ਵਿੱਚ ਮਧਾਨੀਆਂ ਨੇ ਇਸ ਸਵੇਰ ਸੁਬਾਹ ਦਾ ਜਿਹੜਾ ਵਾਰਸ਼ਾ ਮੰਦਰ ਬਿਆਨ ਕਰ ਰਹੇ ਹੈ ਕਿ ਜਦੋਂ ਚਿਰੀ ਚੋਖਦੀ ਆ ਜਿਸ ਜਿ ਸਮਝ ਜਾਣ ਆ ਜਾਂਦੀ ਆ ਉਸ ਤੋਂ ਬਾਅਦ ਜਿਹੜਾ ਦੁੱਧ ਦੇ ਵਿੱਚ ਜਿਹੜੀਆਂ ਮਦਾਨੀਆਂ ਪਾ ਕੇ ਉਹਨੂੰ ਪੱਟਿਆ ਜਾਂਦਾ ਵਾ ਉਸ ਤੋਂ ਲੱਸੀ ਕੱਢੀ ਜਾਂਦੀ ਆ ਇਹ ਵਾਰਸ਼ਾ ਸੁਬਾਹ ਸੁਬਾਹ ਪੰਜਾਬ ਦੀ ਸੱਭਿਆਚਾਰ ਦੀ ਨੁਮਾਇੰਦਗੀ ਕਰ ਰਹੇ ਆ ਆਪਾਂ ਇਹਦੇ ਚਾਰ ਸ਼ੇਅਰ ਕਰਾਂਗੇ ਕਿਉਂਕਿ ਅਗਰ ਆ ਆ ਗਿਆ ਨਾ ਪੰਜਾਬ ਦੀ ਸੱਭਿਆਚਾਰ ਦੀ ਨੁਮਾਇੰਦਗੀ ਕਰੋ ਤਾਂ ਫਿਰ ਤੁਹਾਨੂੰ ਇਹਦੇ ਚਾਰ علیحدہ علیحدہ ਹੈਡਿੰਗਾਂ ਬਣਾ ਕੇ ਨਾ ਕਿ ਸੁਬਾਹ ਦਾ ਜਿਹੜਾ ਮੰਜ਼ਰ ਆ ਪੰਜਾਬ ਦੀ ਸੱਭਿਆਚਾਰ ਦਾ ਤਾਂ ਬਾਕੀ ਜਿਹੜੀ ਹਰੇਕ ਦੀ ਹੈਡਿੰਗ ਬਣੇਗੀ ਉਹਦਾ ਲਿਖਣਾ ਵਾ ਯਾਨੀ ਨਹੀਂ ਤੁਸੀਂ ਚਾਰ ਹੀ ਤਿਆਰ ਕਰਨਾ ਹੋਈ ਸੁਬਾ ਸਾਦਕ ਜਦੋਂ ਆਨ ਰੋਸ਼ਨ ਜਦੋਂ ਸੁਬਾ ਸਾਦਕ ਹੋਣ ਹੋਂਦੀ ਆ ਇਹਦੋਂ ਕੀ ਹੁੰਦਾ ਹੋਈ ਸੁਬਾ ਸਾਦਕ ਜਦੋਂ ਆਨ ਰੋਸ਼ਨ ਸੁਬਾ ਸਾਦਕ ਜਦੋਂ ਆਨ ਰੋਸ਼ਨ ਯਾਨੀ ਜਦੋਂ ਸੁਬਾ ਸਾਦਕ ਹੋ ਜਾਂਦੀ ਆ ਜਦੋਂ ਨਮਾਜ਼ ਦਾ ਟਾਈਮ ਸ਼ੁਰੂ ਹੋ ਜਾਂਦਾ ਵਾ ਉਸ ਤੋਂ ਬਾਅਦ ਕੀ ਹੁੰਦਾ ਵਾ ਤਦੋਂ ਲਾਲੀਆਂ ਆਨ ਛਲਾਨੀਆਂ ਨੇ ਤਦੋਂ ਲਾਲੀਆਂ ਲਾਲੀਆਂ ਆ ਕੇ ਤੇ ਦਰਖਤਾ ਤੇ ਬਹਿ ਕੇ ਕੀ ਕਰਦੀ ਆ ਵਾ ਆਪਣੀਆਂ ਵਾਦਾ ਕੱਢ ਲਿਆ ਉਸ ਵਾਦਾ ਨੂੰ ਯਾਨੀ ਕੀ ਬਾਰਿਸ਼ ਆ ਨੇ ਬਿਆਨ ਕੀਤਾ ਵਾ ਛਲਾਨੀਆਂ ਛਲਾਨੀਆਂ ਚਿੜੀ ਦੀ ਆਵਾਜ਼ ਨੂੰ ਚੋਕਰੀ ਬਿਆਨ ਕੀਤਾ ਵਾ ਤੇ ਲਾਲੀਆ ਦੀ ਵਾਹਤ ਨੂੰ ਛਲਾਨੀ ਛਲਾਨੀਆਂ ਬਿਆਨ ਕੀਤਾ ਆਇਆ ਵਾ ਜਦੋਂ ਲਾਲੀਆ ਆਲ ਛਲਾਨੀਆਂ ਨੇ ਠੀਕ ਹੋ ਗਿਆ ਯਾਨੀ ਜਦੋਂ ਸਵੇਰ 사ਧਕ ਜਦੋਂ ਆ ਕੇ ਰੋਸ਼ਨ ਹੋ ਜਾਂਦੀ ਹੈ ਇਹਦੋਂ ਲਾਲੀ ਆਉਂਦੀ ਆ ਤੇ ਛਲਾਨੀਆਂ ਸ਼ੁਰੂ ਕਰ ਲੈਂਦੀ ਆ ਯਾਨੀ ਆਪਣੀ ਆਵਾਜ਼ ਕੱਢਣਾ ਕੜਨਾ ਸ਼ੁਰੂ ਕਰ ਦਿੰਦੀ ਆ ਆ ਵੀ ਸਵੇਰ ਦਾ ਇੱਕ ਮੰਦਰ ਬਿਆਨ ਕੀਤਾ ਹੋਇਆ ਵਾ ਇਹ ਜਮ ਮੰਦਰ ਨਗਾਰੀ ਤੁਸੀਂ ਹੈਡਿੰਗ ਵੀ ਬਣਾ ਸਕਦੇ ਹੋ ਜਾਂ ਪੰਜਾਬੀ ਮਾਸਰੇ ਦੀ ਹੈਡਿੰਗ ਵੀ ਬਣਾ ਸਕਦੇ ਹੋ ਅੱਗੇ ਵਜ਼ੂ ਸਾਦ ਕੇ ਜ਼ਾਹਦਾ ਫੜੀ ਤਸਵੀਰ ਵਜ਼ੂ ਵਜ਼ੂ ਸਾਦ ਕੇ ਜ਼ਾਹਦਾ ਫੜੀ ਤਸਵੀਰ ਸਵੇਰ ਸਵੇਰ ਦਾ ਤੁਸੀਂ ਪਿੰਡ ਚ ਮੰਦਰ ਵੀ ਦੇਖਦੇ ਹੋਗੇ ਕਿ ਜਿਹੜੇ ਹੈਗੇ ਆ ਨਮਾਜ਼ੀ ਹਜ਼ਰਤ ਆ ਉਹਨਾਂ ਨੇ ਕੀ ਕਰਦੇ ਆ ਉਹ ਸਵੇਰ ਜਦੋਂ ਸਵੇਰ ਹੀ ਹੁੰਦੀ ਆ ਤੇ ਉਹ ਤਸਵੀਰ ਨੂੰ ਫੜ ਲੈਂਦੇ ਆ ਬਾਂਗਾ ਮਸਜਿਦ ਕੀ ਬਲ ਮਲਵਾਨੀਆਂ ਯਾਨੀ ਉਹ ਬਾਂਗਾ ਦਾ ਇੰਤਜ਼ਾਰ ਨਹੀਂ ਕਰਦੇ ਅਜ਼ਾਨਾ ਦਾ ਇੰਤਜ਼ਾਰ ਨਹੀਂ ਕਰਦੇ ਤੋਂ ਤਸਬੀਹ ਫੜਦੇ ਆ ਤੇ ਅੱਲਾਹ ਅੱਲਾਹ ਕਰਨ ਲੱਗ ਜਾਂਦੇ ਆ ਇਹ ਸਵੇਰ ਦੀ ਜਿਹੜੀ ਸਕਾਫਤ ਆ ਪੰਜਾਬੀ ਸਕਾਫਤ ਆ ਉਹਦੀ ਨਿਮਾਇੰਗੀ ਕੀਤੀ ਹੋਈ ਆ ਕਿ ਸਵੇਰ ਸਵੇਰ ਜਦੋਂ ਸਵੇਰ ਸਾਧਕ ਹੁੰਦੀ ਆ ਤਾਂ ਸਾਰੇ ਕੀ ਆ ਜਿਹੜੇ ਜਾਹਰ ਹੈਗੇ ਆ ਵਜ਼ੂ ਸਾਧ ਕੇ ਤਸਬੀਹ ਫੜ ਲੈਂਦੇ ਆ ਤੇ ਉਹ ਕਹੀ ਕਹਿੰਦੇ ਆ ਕਿ ਮਸਜਿਦ ਕੀ ਬਾਂਗਾ ਬਾਅਦ ਚ ਹੁੰਦੀ ਆ ਅਜ਼ਾਨਾ ਬਾਅਦ ਚ ਹੁੰਦੀ ਆ ਵਾ ਤੇ ਉਹ ਪਹਿਲੇ ਹੀ ਅੱਲਾਹ ਨੂੰ ਯਾਦ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਆਖਰੀ ਹੁਣ ਜਿਹੜਾ ਆਪਾਂ ਇਹਦੇ ਵਿੱਚ ਕਰਾਂਗੇ ਸ਼ੁਰੂ ਹਾਫਿਜ਼ਾ ਦੌਰ ਕੁਰਾਨ ਕੀਤੇ ਸ਼ੁਰੂ ਹਾਫਿਜ਼ਾ ਦੌਰ ਕੁਰਾਨ ਕੀਤੇ ਹਾਫਿਜ਼ਾ ਦੌਰ ਕੁਰਾਨ ਕੀਤੇ ਹਾਫਿਜ਼ ਸਾਹਿਬ ਕੀ ਕਰਦੇ ਆ ਆਪਣੀ ਜਿਹੜਾ ਕੁਰਾਨ ਪਾਕ ਆ ਉਹਦੀ ਦਰਾਈ ਸ਼ੁਰੂ ਕਰ ਦਿੰਦੇ ਆ ਤਾਂ ਕਿ ਉਹ ਰਿਵਾਈਜ਼ ਉਹਨੂੰ ਕਰ ਲੈਣ ਕਿਉਂਕਿ ਸਵੇਰ ਟਾਈਮ ਜਿਹੜਾ ਹੈਗਾ ਨਮਾਜ਼ ਤੋਂ ਇੱਕ ਤੇ ਵਡਿਆ ਸੂਤਾਂ ਵੀ ਪੜੀਆਂ ਜਾਂਦੀਆਂ ਹਾਫਿਜ਼ ਉਹਨੂੰ ਵੀ ਰਿਵਾਈਜ਼ ਕਰਦੇ ਤਾਂ ਕਿ ਭੁੱਲਣ ਨਾ ਤੇ ਸਹੀ ਤਰ੍ਹਾਂ ਯਾਦ ਰਹਿਣ ਜਿੰਨਾ ਮੰਜ਼ਲਾ ਸਤਮਕਾਨੀਆਂ ਨੇ ਯਾਨੀ ਹੁਣ ਹਾਫਿਜ਼ਾਂ ਨੂੰ ਮਿਲਣਾ ਕੀ ਆ ਜੇ DNA ਨੂੰ ਮੰਜ਼ਲਾ ਕਿੰਨੀਆਂ ਮਿਲਨੀਆਂ ਵਾ 7 ਮੰਜ਼ਲਾ 7 ਮਕਾਨੀਆਂ ਨੇ ਜਿਹਨਾਂ ਦੀਆਂ ਮੰਜ਼ਲਾ 7 ਮਕਾਨੀਆਂ ਨੇ ਕਿਉਂਕਿ ਉਹਨਾਂ ਨੂੰ 7 ਮੰਜ਼ਲਾ ਘਰ ਮਿਲਨੇ ਆ ਜੰਨਤ ਦੇ ਅੰਦਰ ਇਹ ਇਹਨੇ ਵਾਰਸ਼ਾ ਨੇ ਸਭਾ ਦੀ ਜਿਹੜੀ ਆਪਣੀ ਸਕਾਫਤ ਆ ਉਹਨੂੰ ਨੁਮਾਇੰਦਗੀ ਕੀਤੀ ਆ ਤੁਸੀਂ ਚਾਰੋਂ ਸ਼ੇਰ ਯਾਦ ਕਰ ਲੈਣਾ ਅਗਰ ਪੰਜਾਬੀ ਸਕਾਫਤ ਆਵੇ ਤਾਂ ਤੁਸੀਂ ਹਰ ਇੱਕ ਦੀ ਲਗ ਲਗ ਹੈਡਿੰਗ ਬਣਾਣੀ ਕਿਤੇ ਮੰਦਰ ਨਗਾਰੀ ਦੀ ਕਿਤੇ ਤੁਸੀਂ ਪੰਜਾਬੀ ਮਾਛਲੇ ਦੀ ਕਿਤੇ ਪੰਜਾਬੀ ਸਕਾਫਤ ਦੀ ਨੁਮਾਇੰਦਗੀ ਦੀ ਅਲੱਗ-ਅਲੱਗ ਹੈਡਿੰਗ ਬਣਾਣੀ ਆ ਉਹ ਜਿਹੜਾ ਆਪਾਂ ਇਹਦੇ ਵਿੱਚ ਕਰਦਾ ਵਾ ਉਹ ਹੈਗਾ ਜੀ ਔਰਤਾ ਦੀ ਨੁਮਾਇੰਦਗੀ ਵੀ ਵਾਰਿਸ਼ਾਣ ਕੀਤੀ ਆ ਔਰਤਾ ਦੀ ਨੁਮਾਇੰਦਗੀ ਔਰਤਾ ਦੀ ਨੁਮਾਇੰਦਗੀ ਜਾਂ ਤੁਸੀਂ ਇਹਨੂੰ ਜਜ਼ਬਾਤ ਨਗਾਰੀ ਵੀ ਕਹਿ ਸਕਦੇ ਹੋ ਜਜ਼ਬਾਤ ਨਗਾਰੀ ਯਾਨੀ ਇਹ ਹੀ ਜਜ਼ਬਾਤ ਦੇਖਣਾ ਹੀਰ ਜਦੋਂ ਆਖਦੀ ਹੈ ਕਿ ਉਹ ਵਾਰਿਸ਼ਾਤ ਉਹ ਨਹੀਂ ਮੁੜੇਗੀ ਉਹਦੇ ਘਰ ਵਾਲੇ ਉਹਨੂੰ ਸਮਝਾਉਂਦੇ ਆ ਉਹ ਕਹਿੰਦੀ ਏ ਵਾਰਿਸ਼ਾ ਵਾਰਿਸ਼ਾ ਨਾ ਮੁੜਾ ਰੰਜੇੜੇ ਤੋਂ ਵਾਰਿਸ਼ਾ ਨਾ ਮੁੜਾ ਰਨ ਜਿਹੜੇ ਤੋਂ ਪਾਵੇਂ ਪਿਓ ਦਾ ਪਾਵੇਂ ਪਾਵੇਂ ਬਾਪ ਦਾ ਬਾਪ ਬਾਪ ਦਾ ਬਾਪ ਯਾਨੀ ਦਾਦਾ ਦਾ ਬਾਪ ਯਾਨੀ ਪਰਦਾਦਾ ਵੀ ਆ ਜਾਵੇ ਆ ਜਾਵੇ ਹੀਰ ਕਹਿੰਦੀ ਏ ਹੀਰ ਆਪਣੇ ਘਰ ਵਾਲਿਆਂ ਦੇ ਸਾਹਮਣੇ ਜਦੋਂ ਡੱਟ ਕੇ ਖੜੀ ਹੋ ਜਾਂਦੀ ਏ ਕਿ ਮੈਂ ਉਥੇ ਸਜਦੇ ਖੇੜੇ ਕਾਰਵਿਆ ਨਹੀਂ ਕਰਨਾ ਮੈਂ ਵਾਰਿਸ਼ਾ ਨਾ ਜਾਣਾ ਤੇ ਉਹ ਕੀ ਕਹਿੰਦੀ ਏ ਵਾਰਿਸ਼ਾ ਨਾ ਮੁੰਡਾ ਰੰਜੇੜੇ ਤੋਂ ਪਾਵੇਂ ਬਾਪ ਦਾ ਬਾਪ ਦਾ ਬਾਪ ਆ ਜਾਵੇ ਯਾਨੀ ਇਹ ਜਜ਼ਬਾਤਾਂ ਕਰੀਏ ਹੀ ਤੇ ਇਸ ਜਜ਼ਬਾਤ ਦੇ ਇਸ਼ਕ ਦੇ ਜਜ਼ਬਾਤ ਦੇ ਅੰਦਰ ਆਪਣੇ ਘਰ ਵਾਲਿਆਂ ਦੇ ਸਾਹਮਣੇ ਇਹ ਡਾਇਰੈਕਸ਼ਨ ਲੈ ਕੇ ਖੜੀ ਹੋ ਜਾਂਦੀ ਆ ਤੇ ਇਹਦੇ ਵਿੱਚ ਔਰਤਾ ਦੀ ਵੀ ਨੁਮਾਇੰਦਗੀ ਆ ਕਿ ਕਿੱਦਾਂ ਔਰਤਾ ਕਿ ਬਾਜ਼ੂਕਾਤ ਆਪਣੇ ਇਸ਼ਕ ਦੇ ਅੰਦਰ ਆ ਕੇ ਆਪਣੇ ਘਰ ਵਾਲਿਆਂ ਦੇ ਸਾਹਮਣੇ ਖੜੀਆ ਹੋ ਜਾਂਦੀ ਆ ਤੁਸੀਂ ਇਹਨੂੰ ਪੋਜ਼ੀਟਿਵ ਸਾਇੰਸ ਵੀ ਟਰਾਂਸਲੇਟ ਕਰੋ ਜਾਂ 네ਗਟਿਵ ਸਾਇੰਸ ਕਰੋ ਇਹ ਤੁਹਾਡੀ ਮਰਜ਼ੀ ਹੈਗੀ ਆ ਅਗਲਾ ਜਿਹੜਾ ਆਪਾਂ ਡਿਸਕਸ ਕਰਾਂਗੇ ਉਹ ਹੈਗਾ ਜੀ ਹੀਰ ਦੇ ਜਿਹੜੇ ਕਿਰਦਾਰ ਆ ਉਹ ਮਾਸਰੇ ਦੇ ਅੱਜ ਵੀ ਜੀਵੰਦੇ ਕਿਰਦਾਰ ਆ ਮਹਾਸ਼੍ਰੇਣੀ ਜੀਉਂਦੇ ਕਿਰਦਾਰ ਆ ਕਿੱਦਾਂ ਜੀ ਤੁਸੀ ਜਿਹੜਾ ਵਾ ਹੀਰ ਦੇ ਆਪਾ ਕਿਰਦਾਰ ਆ ਪਹਿਲੇ ਵੀ ਪੜ੍ਹੇ ਹੋਏ ਆ ਕਿ ਜਿਹੜਾ ਉਹਦੇ ਅੰਦਰ ਰਾਂਝਾ ਵਾ ਅੱਜ ਤੁਹਾਨੂੰ ਹਰ ਗਲੀ 'ਚ ਕੋਈ ਰਾਂਝਾ ਨਹੀਂ ਨਜ਼ਰ ਆਉਂਦਾ ਤੁਹਾਨੂੰ ਹਰ ਗਲੀ 'ਚ ਕਿਤੇ ਕੋਈ ਹੀਰ ਦਾ ਵਾਕਿਆ ਨਹੀਂ ਸੁਣਦੇ ਤੁਸੀਂ ਜਾਂ ਤੁਹਾਨੂੰ ਕੈਦੋ ਨਹੀਂ ਨਜ਼ਰ ਆਉਂਦਾ ਜਾਂ ਕਿ ਕਾਜ਼ੀ ਵੀ ਤੁਹਾਨੂੰ ਜਿਹੜੀਆਂ ਨਾ ਇਨਸਾਫੀਆਂ ਕਿਤੇ ਨਹੀਂ ਨਜ਼ਰ ਆਉਂਦੀ ਆ ਜਾਂ ਮੌਲਵੀ ਦਾ ਕਿਰਦਾਰ ਤੁਹਾਨੂੰ ਤੁਸੀਂ ਭੁੱਲ ਗਏ ਹੋ ਜਾਂ ਮੁੱਲਾ ਦਾ ਕਿਰਦਾਰ ਭੁੱਲ ਗਏ ਹੋ ਸਾਰੇ ਕਿਤੇ ਨਾ ਕਿਤੇ ਤਰਤੇ ਮਹਾਸ਼੍ਰੇਣੀ ਅੰਦਰ ਹੀ ਮੌਜੂਦ ਆ ਠੀਕ ਆ ਇਹਦੇ ਅੰਦਰੋਂ ਆਪਾਂ ਇੱਕ ਅੱਦੇ ਕਿਰਦਾਰ ਨੂੰ ਡਿਸਕਸ ਕਰਦੇ ਆ ਜਿਵੇਂ ਕਾਜ਼ੀ ਅਗਰ ਕਾਜ਼ੀ ਦਾ ਕਿਰਦਾਰ ਹੀ ਲੈ ਲਓ ਕਾਜ਼ੀ ਨੇ ਕੀ ਕੰਮ ਪਾਇਆ ਸੀ ਜੀ ਕਾਜ਼ੀ ਨੇ ਕੀ ਕੀਤਾ ਰਿਸ਼ਵਤ ਲਈ ਸੀਗੀ ਵੱਡੀ ਇਹਨੇ ਕੀ ਵੱਡੀ ਲੈ ਕੇ ਰਿਸ਼ਵਤ ਲੈ ਕੇ ਵੱਡੀ ਵੱਡੀ ਦੇ ਕੇ ਬੂਏ ਵੱਡੀ ਦੇ ਕੇ ਬੂਏ ਦੇ ਬੰਨੇ ਦੇ ਬੰਨੇ ਵਾਰਸ ਬੰਜਰ ਜ਼ਮੀਨ ਵਾਰਸ ਬੰਜਰ ਜ਼ਮੀਨ ਰਾਂਜੇ ਨੂੰ ਆਇਆ ਹੈ ਰਾਂਜੇ ਨੂੰ ਕਿਹੜੀ ਜ਼ਮੀਨ ਆਇਆ ਰਾਂਜੇ ਨੂੰ ਆਇਆ ਹੈ ਯਾਨੀ ਵਾਰਿਸ਼ਾ ਨੂੰ ਵਾਰਿਸ਼ਾ ਕਹਿੰਦਾ ਵਾ ਕਿ ਰਿਸ਼ਵਤ ਦੇ ਕੇ ਕਿਹੜੀ ਜ਼ਮੀਨ ਦਿੱਤੀ ਗਈ ਆ ਰਾਜੇ ਨੂੰ ਜਿਹੜੀ ਕਿ ਬੰਜਰ ਜ਼ਮੀਨ ਸੀ ਠੀਕ ਆ ਇਹ ਇਹ ਕਾਦੀ ਦਾ ਹਾਲ ਆ ਅੱਜ ਵੀ ਮਾਸਟਰੇ ਚ ਇਹੋ ਜੇ ਕਾਦੀ ਮੌਜੂਦ ਆ ਅੱਗੇ ਜਿਹੜਾ ਆਪਾਂ ਦੇਖਾਂਗੇ ਉਹ ਹੈਗਾ ਜੀ ਜਿਹੜੇ ਕੈਦੋ ਆ ਕੈਦੋ ਦੇ ਜਿਹੜੇ ਕਿਰਦਾਰ ਆ ਉਹ ਦੇਖੋ ਜੀ ਕੈਦੋ ਮਾਸਟਰੇ ਦੇ ਅੰਦਰ ਵਾਰਿਸ਼ਾ ਮੀਆਂ ਵੇਖੋ ਟਾਂਗ ਲੰਗੀ ਵਾਰਿਸ਼ਾ ਵਾਰਿਸ਼ਾ ਮੀਆਂ ਦੇਖੋ ਯਾਨੀ ਵਾਰਿਸ਼ਾ ਮੀਆਂ ਵੇਖੋ ਜਿਹੜੀ ਉਹਦੀ टांग ਆ ਯਾਨੀ ਉਹਦੀ ਜਿਹੜੀ ਲਾਤ ਆ ਉਹ ਕੀ ਆ ਲੰਗੀ ਆ ਲੰਗੀ ਜਿਹੜੀ ਲਾਤ ਆ ਉਹ ਕੀ ਦਿਖਾਉਂਦੀ ਆ ਸ਼ੈਤਾਨ ਸ਼ੈਤਾਨ ਦੀ ਕਲਾ ਜਗਾਉਂਦੀ ਏ ਸ਼ੈਤਾਨ ਦੀ ਜਿਹੜੀ ਕਲਾ ਆ ਜਗਾਉਂਦੀ ਏ ਯਾਨੀ ਉਹ ਉਹਦਾ ਜਿਹੜਾ ਕੰਮ ਆ ਅੱਜ ਵੀ ਸ਼ੈਤਾਨਾਂ ਅਲਾਵਾ ਇਹ ਜਿਹੜਾ ਕੈਦੋ ਹੈਗਾ ਉਹਦੀ ਜਿਹੜੀ ਲੰਗੀ ਲਾਤ ਆ ਉਹ ਸ਼ੈਤਾਨ ਦੀ ਨੁਮਾਇੰਦੀ ਕਰਦੀ ਆ ਯਾਨੀ ਇਹ ਸਾਰੇ ਕਿਰਦਾਰ ਅੱਜ ਵੀ ਤੁਹਾਨੂੰ ਮਾਸਰੇ ਦੇ ਅੰਦਰ ਮੌਜੂਦ ਮਿਲਣਗੇ ਉਨਾ ਪਰ ਡਿਸਕਸ ਕਰਾਂਗੇ ਕਿ ਉੱਥੇ ਦੇ ਇਤੋ ਦੇ ਮذਬੀ ਹਾਲਾਤ ਕੀ ਸੀ ਮذਬੀ ਹਾਲਾਤ ਕੀ ਸੀ ਯਾਨੀ ਕਿਉਂਕਿ ਜਦੋਂ ਐਗਜ਼ਾਮੀਨਰ ਦਿਂਦਾ ਵਾ ਕਿ ਆਊਟ ਆਫ ਕਨਸੈਪਟ ਵੀ ਸਵਾਲ ਪੁੱਛ ਲੈਂਦਾ ਵਾ ਤਾਂ ਤੁਹਾਨੂੰ ਇਤੋ ਦੀ ਮੁਕੰਮਲ ਡਾਇਰੈਕਸ਼ਨ ਦਾ ਮੌਜੂਦ ਪਤਾ ਹੋਣਾ ਚਾਹੀਦਾ ਕਿ ਉਸ ਜ਼ਮਾਨੇ ਦੇ ਅੰਦਰ ਮੁਗਲਿਆ ਸਲਤਨਤ ਦੇ ਹਾਲਾਤ ਕੀ ਸੀ ਮذਬੀ ਕੀ ਸੀ ਸਿਆਸੀ ਕੀ ਸੀ ਤੇ اخلاقی ਕੀ ਸੀ ਤਾਂ ਕਿ ਤੁਸੀਂ ਕੋਟ ਕਰ ਸਕੋ ਵਾਰਸ਼ਾ ਲਿਖਦੇ ਨੇ ਇੱਕ ਬੁੱਲ ਇੱਕ ਭੁੱਲ ਚੋਕ ਤੇ ਇੱਕ ਬੁੱਲ ਕੇ ਐਂਡ ਐਂ ਦਾ ਐਂ ਦਾ ਗੈਨ ਐਂ ਦਾ ਗੈਨ ਯਾਨੀ ਜਦੋਂ ਬੱਚੇ ਪੜ੍ਹਦੇ ਆ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਐਂ ਕਿਹੜਾ ਵਾ ਤੇ ਗੈਨ ਕਿਹੜਾ ਵਾ ਦਾ ਚੰਨ ਮੁੱਲਾ ਦਾ ਚੰਨ ਮੁੱਲਾ ਮੁੱਲਾ ਯਾਨੀ ਕਾਰੀ ਯਾਨੀ ਜਦੋਂ ਬੱਚਾ ਭੁੱਲ ਜਾਂਦਾ ਵਾ ਐਂ ਕਿਹੜਾ ਪੜ੍ਹਨਾ ਵਾ ਤੇ ਗੈਨ ਨੂੰ ਕਿਹੜਾ ਪੜ੍ਹਨਾ ਵਾ ਤਾਂ ਮੁੱਲਾ ਯਾਨੀ ਫਿਰ ਕਾਰੀ ਕੀ ਕਰਦਾ ਵਾ ਜਿੰਦ ਕੱਢ ਦੇ ਜਿੰਦ ਯਾਨੀ ਜਾਨ ਕੱਢ ਦਿੰਦੇ ਆ ਜਿੰਦ ਕੱਢ ਦੇ ਨਾਲ ਕੜਾਕਿਆਂ ਨੇ ਯੰਦ ਨ ਕਾਢ ਦੇ ਨਾਲ ਕੜਾਕਿਆਂ ਨੇ ਯਾਨੀ ਉਹ ਕੀ ਕਰਦੇ ਆ ਕਿ ਦਬਕੇ ਹੀ ਨੇ ਮਾਰਦੇ ਆ ਕਿ ਬੱਚੇ ਦੀ ਜਾਨ ਉਥੇ ਹੀ ਨਿਕਲ ਜਾਂਦੀ ਆ ਸਮਝਾਉਂਦੇ ਨਹੀਂ ਆ ਕਿ ਐਣ ਕਿਹੜਾ ਵਾ ਤੇ ਗੈਣ ਕਿਹੜਾ ਵਾ ਇਹ ਉਸੇ ਦੀ ਵਾਰਸ਼ ਆ ਮذਬੀ ਹਾਲਾਤ ਦੀ ਆ ਕਾਸੀ ਕਰ ਰਿਹਾ ਕਿ ਮذਬੀ ਹਾਲਾਤ ਇਹੋ ਜਿਹੇ ਹੋਏ ਪਏ ਨੇ ਇਹ ਮੁੱਲਾ ਬੱਚੇ ਨੂੰ ਟਾਈਮ ਦੇ ਕੇ ਰਾਜ਼ੀ ਨਹੀਂ ਕਿਦਾਸਤਾ ਨਹੀਂ ਕਿ ਕਿਵੇਂ ਕਿੱਦਾਂ ਉਹਨੂੰ ਪੜਨਾ ਵਾ ਐਨ ਨੂੰ ਕਿੱਦਾਂ ਗਿਆਨ ਪੜ ਰਿਹਾ ਵਾ ਅਗਰ ਤੂੰ ਬਲਕੇ ਉਹਦੀ ਜਾਨ ਕੱਢ ਦਿੰਦੇ ਆ ਉਹ ਸਮਝਦਾ ਮੈਂ ਪਤਾ ਨਹੀਂ ਕੀ ਪੜਨ ਆ ਗਿਆ ਹੋਇਆ ਵਾ ਇਹ ਨਹੀਂ ਸਮਝਦਾ ਕਿ ਮੈਂ ਮਜ਼ਬ ਪੜਨ ਦਿਆ ਅੱਗੇ ਉਥੇ ਦੇ ਸਿਆਸੀ ਹਾਲਾਤ ਕਿਦਾਂ ਦੇ ਸੀ ਸਿਆਸੀ ਹਾਲਾਤ ਸਿਆਸੀ ਹਾਲਾਤ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੁੰਗਲੀਆ ਸਲਤਨਤ ਦੇ ਦ왈ਦਾ ਸ਼ਿਕਾਰ ਹੋਈ ਪਈ ਸੀਗੀ ਔਰੰਗਜ਼ੇਬ ਦੀ ਵਫਾਤ ਹੋਈ ਪਈ ਆ ਤੁਸੀਂ ਇਹ ਸਾਰਾ ਮੰਜ਼ਰ ਦੇਖੋ ਤਾਂ ਔਰੰਗਜ਼ੇਬ ਦੀ ਵਫਾਤ ਤੋਂ ਬਾਅਦ ਜਿਹੜੀ ਮੁਗਲੀਆਂ ਸਲਤਨਤਾਂ ਥਾ ਉਹ ਜ਼ਵਾਲ ਦਾ ਸ਼ਿਕਾਰ ਆ ਜਦੋਂ ਜ਼ਵਾਲ ਉਹਦੇ ਤੇ ਆਇਆ ਆ ਤਾਂ ਮੁxtਲਿਫ ਜਿਹੜੇ ਹੈਗੇ ਆ ਕੂਬਤਾ ਉਹਦਾਂ ਤੇ ਅਟੈਕ ਕਰ ਰਹੀਆਂ ਜਿਨ੍ਹਾਂ ਚੋਂ ਅਹਿਮਦ ਸ਼ਾ ਅਬਦਾਲੀ ਆ ਅਹਿਮਦ ਸ਼ਾ ਅਬਦਾਲੀ ਜਿਹਨੂੰ ਕਿ ਕਟਕ ਕੰਧਾਰ ਵੀ ਕਹਿੰਦੇ ਆ ਉਹਦੀ ਫੌਜ ਨੂੰ ਜਿਹੜੇ ਅਫਗਾਨਿਸਤਾਨ ਤੋਂ ਆਏ ਸੀ ਉਹਨਾਂ ਨੇ ਇੱਥੇ ਆ ਕੇ ਹਮਲੇ ਕੀਤੇ ਤੇ ਲੁੱਟ-ਪੁੱਟ ਕੇ ਲੈ ਗਏ ਤੇ ਨਾਦਰ ਸ਼ਾ ਦੁਰਾਨੀ ਆ ਨਾਦਰ ਸ਼ਾ ਦੁਰਾਨੀ ਤੇ ਅਹਿਮਦ ਸ਼ਾ ਅਬਦਾਲੀ ਜਿਹੜਾ ਹੈਗਾ ਉਹਨਾਂ ਨੇ ਹਮਲੇ ਕੀਤੇ ਉਸ ਤੋਂ ਬਾਅਦ ਜਿਹੜਾ ਹੈਗਾ ਕੋਈ ਸਿੱਖਾ ਦੀ ਫੌਜ ਵੀ ਸੀ ਸਿੱਖਾ ਦੀ ਫੌਜ ਨੂੰ ਕਟਕ ਕਟਕ ਪੰਜਾਬ ਕਹਿੰਦੇ ਆ ਇਹ ਉਹ ਸਾਰੇ ਮੰਜ਼ਰਾਂ ਕਿ ਜਿਹੜੇ ਉਂਗਲੀਆਂ ਸਲਤਨਤ ਤੇ ਹਮਲੇ ਕਰ ਕਰਕੇ ਉਹਨੂੰ ਨੁਕਸਾਨ ਪਹੁੰਚਾ ਰਹੇ ਸੀਗੇ ਤੇ ਹਰ ਪਾਸੋਂ ਲੁੱਟਪੋਟ ਜਾਰੀ ਸੀ ਵਾਰਿਸਾ ਉਹਨਾਂ ਦੇ ਹਾਲਾਤ ਦੀ ਏਕਾਸੀ ਕਰਦੇ ਹੋਏ ਕਹਿੰਦੇ ਨੇ ਕਿ ਸੁਰਮਾ ਨੈਨਾ ਦੀ ਧਾਰ ਵਿੱਚ ਫੱਬਰਿਆ ਸੁਰਮਾ ਸੁਰਮਾ ਨੈਨਾ ਦੀ ਧਾਰ ਵਿੱਚ ਯਾਨੀ ਸੁਰਮਾ ਜਿਹੜਾ ਅੱਖਾਂ ਦੀ ਜਿਹੜਾ ਹੈਗਾ ਵਾ ਉਹਦੇ ਅੰਦਰ ਫੱਬੰਦਿਆਵਾ ਧਾਰ ਵਿੱਚ ਫੱਬਰਿਆ ਇਹ ਤੁਸੀਂ ਛੱਡ ਵੀ ਸਕਦੇ ਹੋ ਮਤਲਬ ਮਿਸਰਾ ਅਗਰ ਨਾ ਵੀ ਲਿਖੋ ਤੇ ਲੇਕਿਨ ਤੁਸੀਂ ਉਤਲੇ ਹਾਲਾਤ لازਮੀ ਕੋਟ ਕਰਨੇ ਆ ਚੜਿਆ ਚੜਿਆ ਹਿੰਦ ਤੇ ਚੜਿਆ ਹਿੰਦ ਤੇ ਟਕ ਪੰਜਾਬ ਦਾ ਜੀ ਯਾਨੀ ਸੁਰਮਾਨ ਇਦਾਂ ਹੁਣ ਉਹਨਾਂ ਦੇ ਨੈਨਾ ਦੀ ਤਾੜ ਦੇ ਅੰਦਰ ਜੁ ਫੱਬੰਦਿਆਵਾ ਕਿਉਂਕਿ ਖੀਂਦੇ ਦੇ ਅੰਦਰ ਹਿੰਦੁਸਤਾਨ ਦੇ ਅੰਦਰ ਜਿਹੜਾ ਵਾ ਕਟਕ ਪੰਜਾਬ ਉਹ ਆਪਣਾ ਰਾਜ ਕਰੀ ਖਰੇਆ ਕਤਲੋਗਾਰਤ ਕਰੀ ਖਰੇਆ ਆਪਣੇ ਹਰ ਪਾਸੇ ਬਦਮਾਚੀ ਕਰੀ ਖਰੇਆ ਮੁਸਲਮਾਨਾਂ ਤੇ ਜ਼ੁਲਮ ਕਰੀ ਜਾ ਰਿਹਾ ਉਹ ਤੋਂ ਬਾਅਦ اخਲਾਕੀ ਕਦਰਾਂ اخਲਾਕੀ ਕਦਰਾਂ ਦਾ ਜ਼ਵਾਲ ਜਾਂ اخਲਾਕੀ ਜਿਹੜੇ ਹਾਲਾਤ ਆ ਉਹ ਕੀ ਸੀਗੇ ਠੀਕ ਆ اخਲਾਕੀ ਕਦਰਾਂ ਇਹਦੇ ਬਾਰੇ ਵਾਰਿਸ਼ਾ ਕੀ ਆਖਦੇ ਨੇ ਵਾਰਿਸ਼ ਆਖਦੇ ਨੇ ਕਿ ਜਿਹੜਾ ਨਾ ਵਾਰਿਸ਼ਾ ਉਹ ਸਦਾ ਹੀ ਜੀਉਂਦੇ ਨੇ ਵਾਰਿਸ਼ਾ ਵਾਰਸਾ ਉਸਦਾ ਉਸਦਾ ਹੀ ਜਿਉਂਦੇ ਨੇ ਕਿਹੜੇ ਸਦਾ ਜਿਉਂਦੇ ਨੇ ਵਾਰਸ ਆਗੇ ਦੱਸਦੇ ਨੇ ਜਿਨ੍ਹਾਂ ਕੀਤੀਆਂ ਨੇ ਕਮਾਈਆਂ ਨੇ ਵਾਰਸਾ ਇੱਥੇ ਗੱਲ ਖਤਮ ਕਰਦੇ ਨੇ ਕਿ ਜਿਨ੍ਹਾਂ ਕੀਤੀਆਂ ਜਿਨ੍ਹਾਂ ਨੇ ساری ਜ਼ਿੰਦਗੀ ਕੀ ਕੀਤਾ ਵਾ ਨੇਕ ਕਮਾਈਆਂ ਕੀਤੀਆਂ ਨੇਕ ਕਮਾਈਆਂ ਨੇ ਵਾਰਿਸ਼ਾ ਕਹਿੰਦੇ ਨੇ ਕਿ ਉਹ ਸਦਾ ਹੀ ਜੀਂਦੇ ਰਹਿੰਦੇ ਨੇ ਜਿਨ੍ਹਾਂ ਨੇ ਨੇਕ ਕਮਾਈਆਂ ਕੀਤੀਆਂ ਤੁਹਾਨੂੰ ਇਹ CSS ਦਾ ਲੈਕਚਰ ਕਿੱਦਾਂ ਲੱਗਾ ਵਾ ਕਿਉਂਕਿ ਇਹ ਮੁਕੰਮਲ ਰਿਸਰਚ ਤੋਂ ਬਾਅਦ ਬਣਾਇਆ ਗਿਆ ਵਾ ਉਮੀਦ ਆ ਕਿ ਤਾਂ ਇਹ ਤੋਂ ਬਾਅਦ ਤੁਹਾਡਾ ਕੋਈ ਸਵਾਲ ਬਾਕੀ ਨਹੀਂ ਰਹੇਗਾ ਕਿਉਂਕਿ ਇਹਦੇ ਅੰਦਰ ਤੁਹਾਨੂੰ MCQ's ਵੀ ਕਲੀਅਰ ਕਰਵਾਉਂਦੇ ਆ ਲੌਂਗ ਕੁਐਸਚਨ ਵੀ ਕਲੀਅਰ ਕਰਾਤਾ ਵਾ ਸਟੋਰੀ ਵੀ ਕਲੀਅਰ ਕਰਵਾ ਦਿੰਦੀ ਹੋਈ ਆ ਤੁਹਾਨੂੰ ਇਹ ਲੈਕਚਰ ਕਿੱਦਾਂ ਦਾ ਲੱਗਾ ਸਾਨੂੰ ਆਪਣੀ ਰਾਤ ਉਹ ਆਦਮੀ ਆਗਾ ਕਰੋ ਸ਼ੁਕਰੀਆ अगर आप किसी भी मुकाबला जाति इम्तिहान सी एस एस पी एम एस पी पी एस सी के लिए परेशान हैं तो परेशानी छोड़ दें और स्कॉलर अकेडमी को सब्सक्राइब कीजिए और मुस्तकबिल को बेहतर बनाइए